ਬੇਟਾ ਆਪਾਂ 9ਵੀਂ ਕਲਾਸ ਦਾ ਜਿਹੜਾ ਪੈਸ ਟੈਸਟ ਰਿਵੀਜ਼ਨ ਟੈਸਟ ਹੋਇਆ 25 ਅਕਤੂਬਰ ਨੂੰ ਉਸਨੂੰ ਹੱਲ ਕਰਕੇ ਤੁਹਾਡੇ ਲਈ ਭੇਜ ਰਹੇ ਹਾਂ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੇ ਵੱਲੋਂ ਜੇ ਕੋਈ ਗਲਤੀ ਹੋਈ ਹੈ ਤਾਂ ਉਹ ਕਿਹੜੀ ਹੋਈ ਹੈ ਅਤੇ ਉਸਨੂੰ ਅਗਲੀ ਵਾਰ ਦੁਹਰਾਇਆ ਨਾ ਜਾ ਸਕੇ ਤੁਹਾਡੇ ਵੱਲੋਂ। ਸਭ ਤੋਂ ਪਹਿਲਾ ਕੁਸ਼ਚਨ ਸਾਡੇ ਕੋਲ ਮੈਥ ਦਾ ਹੈ ਜਿਹਦੇ ਵਿੱਚ ਸਾਨੂੰ ਕੀ ਕਿਹਾ ਗਿਆ, ਦੇਖੋ ਘੱਟ ਤੋਂ ਘੱਟ ਕਿੰਨੇ ਬਿੰਦੂਆਂ ਨਾਲ ਇੱਕ ਵਿਲੱਖਣ ਰੇਖਾ ਖਿੱਚੀ ਜਾ ਸਕਦੀ ਹੈ, ਹਾਊ ਮੈਨੀ ਮਿਨੀਮਮ ਪੁਆਇੰਟਸ ਆਰ ਰਿਕੁਆਇਰਡ ਟੂ ਡਰੋਅ ਯੂਨੀਕ ਲਾਈਨ। ਤਾਂ ਸਾਨੂੰ ਪਤਾ ਹੈ ਕਿ ਕੋਈ ਵੀ ਲਾਈਨ ਖਿੱਚਣ ਲਈ ਸਾਨੂੰ ਘੱਟੋ ਘੱਟ 2 ਪੁਆਇੰਟ ਚਾਹੀਦੇ ਨੇ। ਇਹਦਾ ਮਤਲਬ ਬੀ ਆਪਸ਼ਨ ਤੁਹਾਡਾ ਬਿਲਕੁਲ ਸਹੀ ਆਨਸਰ ਹੋਵੇਗਾ ਪਹਿਲੇ ਕੁਸ਼ਚਨ ਦਾ। ਫਿਰ ਕਹਿੰਦਾ ਹੈ ਮੀਨਾ ਕੱਪੜੇ ਦਾ ਇੱਕ ਮਾਸਕ ਬਣਾਉਣਾ ਚਾਹੁੰਦੀ ਹੈ ਜੋ ਕਿ 2 ਬਰਾਬਰ ਤ੍ਰਿਭੁਜ ਆਕਾਰ ਦੇ ਟੁਕੜਿਆਂ ਨੂੰ ਜੋੜ ਕੇ ਬਣਦਾ ਹੈ। ਮਤਲਬ ਤ੍ਰਿਭੁਜ ਦੇ 2 ਟੁਕੜਿਆਂ ਨੂੰ ਜੇ ਜੋੜੀਏ ਤਾਂ ਕਹਿੰਦਾ ਹੈ ਮਾਸਕ ਬਣਦਾ ਹੈ। ਦੇਖੋ ਇੱਧਰ ਧੱਕਾ ਲੱਗ ਗਿਆ, ਇੱਧਰ ਧੱਕਾ ਲੱਗ ਗਿਆ। ਹੁਣ ਇਹਦੇ ਵਿੱਚੋਂ ਇੱਕ ਟੁਕੜੇ ਦੀ ਜਿਹੜੀ ਲੰਬਾਈ ਚੌੜਾਈ ਸੋਰੀ ਸਾਈਡ ਦਿੱਤੀਆਂ ਨੇ 5, 8 ਅਤੇ 5 ਦਿੱਤੀ ਗਈ ਹੈ। ਹੁਣ ਬੇਟਾ ਭੁਜਾਵਾਂ ਦਿੱਤੀਆਂ 5, 5 ਅਤੇ 8। ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਇਹਦਾ ਕੱਢਾਂਗੇ ਹੀਰੋ ਸੂਤਰ ਨਾਲ ਖੇਤਰਫਲ। ਕਿੱਦਾਂ ਕਰਦੇ ਤੁਹਾਨੂੰ ਪਤਾ ਹੀ ਹੈ, ਐਸ ਪਤਾ ਕਰਦੇ ਹਾਂ, 3 ਭੁਜਾਵਾਂ ਦਾ ਜੋੜ ਦਾ ਅੱਧਾ, 18 ਦਾ ਅੱਧਾ ਹੋ ਗਿਆ 9। ਕਿ ਹੁਣ ਅਸੀਂ ਫਾਰਮੂਲਾ ਲਗਾਉਂਦੇ ਹਾਂ ਐਸ ਐਸ ਮਾਈਨਸ ਏ ਐਸ ਮਾਈਨਸ ਬੀ ਐਸ ਮਾਈਨਸ ਸੀ ਦਾ ਵਰਗਮੂਲ। 9, 9 ਚੋਂ ਗਏ 5, 9 ਚੋਂ ਗਏ 5 ਪਹਿਲੀ ਭੁਜਾ, ਦੂਜੀ ਭੁਜਾ 9 ਚੋਂ ਗਏ 8 ਦਾ ਵਰਗਮੂਲ। 9 × 4 × 4 × 1 ਦਾ ਵਰਗਮੂਲ, 4 ਬਾਹਰ ਨਿਕਲ ਗਿਆ, 9 ਦਾ ਵਰਗਮੂਲ ਹੁੰਦਾ 3। ਕਿੰਨਾ ਆਂਸਰ ਆ ਗਿਆ? 12। ਹੁਣ ਜੇ ਇੱਕ ਤ੍ਰਿਭੁਜ ਦਾ ਖੇਤਰਫਲ 12 ਆਇਆ, ਦੂਜੇ ਦਾ ਵੀ 12 ਹੋਏਗਾ, ਤਾਂ 12 ਅਤੇ 12 24 ਸਾਡਾ ਆਂਸਰ ਹੋਏਗਾ। ਤੁਸੀਂ ਦੇਖ ਸਕਦੇ ਹੋ ਡੀ ਆਪਸ਼ਨ ਤੁਹਾਡਾ ਬਿਲਕੁਲ ਸਹੀ ਆਪਸ਼ਨ ਹੈ ਦੂਜੇ ਸਵਾਲ ਦਾ। ਤੀਜਾ ਸਵਾਲ ਹੈ, ਦੇਖੋ 1/1 ਜਮ੍ਹਾਂ √2 ਦਾ ਕੀ ਮੁੱਲ ਹੈ? ਹੁਣ ਤੁਸੀਂ ਧਿਆਨ ਨਾਲ ਦੇਖਣਾ ਹੈ, 1/1 ਜਮ੍ਹਾਂ √2, ਇਸਨੂੰ ਆਪਾਂ 1/√2 ਜਮ੍ਹਾਂ 1 ਲਿਖੀਏ ਤਾਂ √2 − 1 ਨਾਲ ਗੁਣਾ ਕਰਾਂਗੇ ਪ੍ਰਮੇਯੀਕਰਨ, ਅਤੇ ਤੁਹਾਡਾ ਕੀ ਆਂਸਰ ਆਇਆ ਹੈ? √2 − 1 a + b a − b ਦਾ ਫਾਰਮੂਲਾ ਤੁਹਾਨੂੰ ਦੱਸਿਆ ਸੀ, a² − b² ਤਾਂ ਆਂਸਰ ਆ ਗਿਆ √2 − 1, 2 − 1 ਹੁੰਦਾ ਹੈ 1, ਤਾਂ ਤੁਹਾਡਾ ਆਂਸਰ ਕਿੰਨਾ ਆ ਗਿਆ ਹੈ? √2 − 1 ਮਤਲਬ ਸੀ ਆਪਸ਼ਨ। ਚੌਥੇ ਸਵਾਲ ਵਿੱਚ ਕਿਹਾ ਗਿਆ ਕਿ ਹੇਠ ਲਿਖੇ ਵਿੱਚੋਂ ਕਿਸ ਵਾਸਤਵਿਕ ਸੰਖਿਆ ਦਾ ਮੁੱਲ 2 ਅਤੇ 2.5 ਦੇ ਵਿਚਕਾਰ ਹੈ? ਦੇਖੋ 11 ਜਿਹੜਾ ਹੁੰਦਾ 3 × 3 = 9, 3 ਤੋਂ ਵੱਡਾ ਹੁੰਦਾ, ਇਹ ਵੀ 3 ਤੋਂ ਵੱਡਾ, ਇਹ ਵੀ 3 ਤੋਂ ਵੱਡਾ, ਸਿਰਫ √5 ਹੀ ਇੱਦਾਂ ਦੀ ਰਕਮ ਹੈ ਜਿਹੜੀ 2 × 2 = 4, 3 × 3 = 9, 2.something ਹੋ ਸਕਦਾ ਹੈ। ਚਿੱਤਰ ਵਿੱਚ ਕੋਣ ਏ ਅਤੇ ਕੋਣ ਬੀ ਦਾ ਸੰਬੰਧ ਦੱਸੋ। ਬੇਟਾ ਸਾਰਿਆਂ ਨੂੰ ਪਤਾ ਹੈ ਕਿ ਜੈੱਡ ਵਾਲੇ ਕੋਣ ਨੇ, ਜੈੱਡ ਵਾਲੇ ਕੋਣ ਹੁੰਦੇ ਨੇ ਇਕਾਂਤਰ ਕੋਣ, ਅਤੇ ਇਸ ਤਰ੍ਹਾਂ ਸਾਡੇ ਕੋਲ ਆਲਟਰਨੇਟ ਇੰਟੀਰੀਅਰ ਐਂਗਲ ਮੀਨਸ ਬੀ ਆਪਸ਼ਨ ਸਾਡਾ ਆਂਸਰ ਹੋਏਗਾ। ਇਸ ਤਰ੍ਹਾਂ ਬੇਟਾ ਸਾਡੇ 6ਵਾਂ ਸਵਾਲ ਦੇਖੋ। ਹੁਣ ਬੇਟਾ ਪਾਣੀ ਦਾ ਉਬਾਲ ਦਰਜਾ 100°C ਹੈ ਅਤੇ ਇਸ ਤਾਪਮਾਨ ਨੂੰ ਕੈਲਵਿਨ ਸਕੇਲ ਵਿੱਚ ਬਦਲੋ, 373। ਬੇਟਾ ਇਸਦਾ ਆਂਸਰ ਲਿਖ ਲੈਣਾ ਹੈ ਤੁਸੀਂ। ਕੋਈ ਕਾਰ ਇੱਕ ਸਮਾਨ ਰੂਪ ਨਾਲ ਪ੍ਰਵੇਗਿਤ ਹੈ ਹੋ ਕੇ 5 ਸੈਕਿੰਡ ਵਿੱਚ 5 m/s ਤੋਂ 10 m/s ਤੱਕ ਦੀ ਚਾਲ ਪ੍ਰਾਪਤ ਕਰਦੀ ਹੈ ਤਾਂ ਕਾਰ ਦਾ ਪ੍ਰਵੇਗ ਪਤਾ ਕਰਨਾ ਹੈ। ਬੇਟਾ ਐਕਸਲਰੇਸ਼ਨ ਪਤਾ ਕਰਨ ਲਈ ਅਸੀਂ ਫਾਈਨਲ ਅਤੇ ਇਨੀਸ਼ੀਅਲ ਵੈਲੋਸਿਟੀ ਨੂੰ ਮਾਈਨਸ ਕਰਦੇ ਹਾਂ, ਮਤਲਬ 5 ਅਤੇ ਸਮੇਂ ਨਾਲ ਭਾਗ ਕਰਦੇ ਹਾਂ 1 m/s ਦੀ ਘਾਤ, ਤੋਂ ਸਾਡਾ ਸਵਾਲ ਦਾ ਵੀ ਆਂਸਰ ਹੋਏਗਾ। ਅਗਲਾ ਸਵਾਲ ਦੇਖਣਾ ਬੇਟਾ ਤੁਸੀਂ ਸਾਰਿਆਂ ਨੇ, 8ਵਾਂ ਸਵਾਲ, ਵਟ ਇਜ਼ ਐਟੋਮਿਕ ਮਾਸ ਆਫ ਕਾਰਬਨ, ਕਾਰਬਨ ਦਾ ਪਰਮਾਣੂ ਪੁੰਜ ਕਿੰਨਾ ਹੁੰਦਾ ਹੈ? 12 U। ਬੇਟਾ ਹੇਠ ਲਿਖੇ ਸੂਖਮ ਜੀਵਾਂ ਵਿੱਚੋਂ ਕਿਹੜਾ ਪ੍ਰੋਕੈਰੀਓਟਿਕ ਸੈੱਲ ਤੋਂ ਬਣਿਆ ਹੈ? ਬੈਕਟੀਰੀਆ, ਬਿਲਕੁਲ ਠੀਕ, ਜੀਵਾਣੂ ਪਹਿਲਾ ਹੀ ਆਪਸ਼ਨ ਹੈ ਸਾਡਾ ਆਂਸਰ। ਬੇਟਾ ਹੇਠ ਲਿਖੇ ਵਿੱਚੋਂ ਕਿਹੜਾ ਠੰਡੇ ਲਹੂ ਵਾਲਾ ਜੰਤੂ ਹੈ? ਸਨੇਕ। ਇਸ ਤਰ੍ਹਾਂ ਸਾਡੇ 10 ਕੁਸ਼ਚਨ ਕੰਪਲੀਟ ਹੋ ਗਏ ਨੇ ਬੇਟਾ। ਹੁਣ 11ਵਾਂ ਕੁਸ਼ਚਨ ਕਰਾਂਗੇ। 11ਵੇਂ ਦਾ ਆਂਸਰ ਬੇਟਾ, ਬਿਫੋਰ ਗੋਇੰਗ ਟੂ ਬੈਡ ਮਦਰ ਸਵਿਚਿਸ ਆਫ ਆਲ ਦਾ ਲਾਈਟਸ ਐਵਰੀ ਡੇ। 12ਵੇਂ ਦਾ ਬੇਟਾ ਆਪਸ਼ਨ ਸਾਡਾ ਹੋਏਗਾ B, both। 13ਵੇਂ ਦਾ ਆਪਸ਼ਨ ਸਾਡੇ ਕੋਲ ਹੈ D, we met ਰਾਜੂ ਮੋਨ ਐਂਡ ਸੋਨੀਆ ਡੈਲੀ। 14ਵੇਂ ਦਾ ਆਪਸ਼ਨ ਸਾਡਾ ਬੇਟਾ C ਹੋਏਗਾ, ਗੀਤਾ ਗੋਜ਼। ਐਂਡ 15ਵੇਂ ਦਾ ਸਾਡਾ ਆਪਸ਼ਨ ਹੋਏਗਾ ਬੇਟਾ C, was elected। ਇਸ ਤਰ੍ਹਾਂ ਸਾਡੇ 15 ਸਵਾਲ ਬੇਟਾ ਕੰਪਲੀਟ ਹੋ ਗਏ ਨੇ। 26 ਬੇਟਾ, 26ਵੇਂ ਦਾ ਜਿਹੜਾ ਆਂਸਰ ਸਾਡਾ ਹੋਏਗਾ ਬੇਟਾ, 2 ਦਰਿਆਵਾਂ ਵਿਚਲੀ ਧਰਤੀ, ਲੈਂਡ ਬਿਟਵੀਨ 2 ਰਿਵਰਸ। 27 A, ਦਰਿਆਵਾਂ ਨੇੜੇ ਪੌਦੇ ਨੀਵੇਂ ਇਲਾਕੇ। 28 ਦੇ ਵਿੱਚ ਬੇਟਾ ਸਾਡਾ ਆਂਸਰ ਹੋਏਗਾ ਫਰਾਂਸਿਸੀ ਕ੍ਰਾਂਤੀ ਬੇਟਾ।
29 ਦਾ ਆਨਸਰ ਸਾਡਾ ਰੂਸੋ ਅਤੇ 30ਵੇਂ ਦਾ ਬੇਟਾ ਸਾਡਾ ਆਨਸਰ ਹੋਏਗਾ ਲਿੰਕਨ। ਅਤੇ ਇਸ ਤਰ੍ਹਾਂ ਸਾਡੇ ਬੇਟਾ 30 ਕੁਸ਼ਚਨ ਕੰਪਲੀਟ ਹੋ ਗਏ ਨੇ। ਉਮੀਦ ਕਰਾਂਗਾ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆਇਆ ਹੋਵੇਗਾ। ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਉਸਨੂੰ ਲਾਈਕ ਕਰਿਆ ਕਰੋ, ਜ਼ਰੂਰ ਕਮੈਂਟ ਕਰਿਆ ਕਰੋ ਅਤੇ ਮੇਰੇ ਚੈਨਲ ਨੂੰ ਬੇਟਾ ਸਬਸਕ੍ਰਾਈਬ ਕਰਨਾ ਨਾ ਭੁੱਲੋ।